जैन अल आबिदीन दा इक मुरीद आ जेड़ा बलख शहर दे रहण वाला कि तुदा बलख शहर दे रहण वाला जैन अल आबिदीन दा मुरीद है बलख शहर दे रहण वाला है हर साल ये तजारत दा काम करदा है ताजर है तजारत दा काम करदा है ये ताजर है तजारत दा काम करदा है इन्हें आना दवाना खोटी कौड़ी जितना भी इन्हें पुजदा है ये दिहाड़ी दा एक गल्ला बनाया है जिंदे च सटदा है हर साल बाद यो गल्ला खोलदा है गल्ले दे विचों खोल ते पैसे कढदा है पैसे कढ के बाजार जांदा है बाजारों तोहफे खरीददा है ते ज़ैनुल आबिदीन दी बारगाह च पेश करदा है तोहफे खरीददा है पीर दी बारगाह दे अंदर ज़ैनुल आबिदीन दी बारगाह दे अंदर तोहफे पेश करदा है जिस वेले तोहफे पेश करदा है कई साल इंज लग गए एक दिन करमा अली घर वाले ने गल कीती तैनू जिंदगी गुजर गई है सारा कुछ पीरां नूं खवा दित्ते कदी पीरां ने तैनू कुछ दित्ता है सारा कुछ पीरां नूं ही दित्ती जांदा है कदी पीरां ने तैनू वी कदी कोई शायद दित्ती है बंदा बड़े गुस्से च आ गया जलाल च आ गया ये बलख शहर दे रहण वाला है ये मदीने च बैठे ने ये बलख शहर च बैठा है वो मदीने च बैठा है पीर मदीने च मुरीद बलख च पीर मदीने च तेरी तवज्जो होनी चाहिए है पीर मदीने च मुरीद बलख च ये जनानी नो जनानी नो औरत नो इंज करीब करके आंदा है जालिमा ये बोली है बोली मैनू मारी बलख शहर के अंदर मेरा पीर ਇਨਾ ਕਾਮਲ ਹੈ ਮਾਤਾ ਸਮਝੇ ਇਹ ਬੋਲੀ ਮੈਂ ਨਹੀਂ ਮੇਰੇ ਪੀਰ ਨੇ ਮਦੀਨੇ ਚ ਸੁਣ ਲਈ ਫਰਮਾਇਆ ਮੇਰੇ ਪੀਰ ਨੇ ਇਹ ਬੋਲੀ ਕੱਲ ਤੂੰ ਮੈਨੂੰ ਕੀਤੀ ਹੈ ਮੇਰੇ ਪੀਰ ਨੇ ਮਦੀਨੇ ਚ ਬਹਿ ਕੇ ਸੁਣ ਲਈਏ ਇਹਨੇ ਤੋਹਫੇ ਖਰੀਦੇ ਤੋਹਫੇ ਲੈ ਕੇ ਮਦੀਨੇ ਚ ਚੱਲਿਆ ਜ਼ੈਨੁਲ ਆਬਿਦੀਨ ਦੀ ਬਾਰਗਾਹ ਦੇ ਅੰਦਰ ਭੇਸ ਹੋਇਆ ਸੇਰੀ ਲਾ ਛੱਡੋ ਸੁਭਾਨ ਅੱਲਾ ਮੋਹ ਚੋਂ ਨਹੀਂ ਨਿਕਲਦੇ ਤੇ ਸੇਰੀ ਲਾ ਛੱਡੋ ਇਹ ਬੰਦਾ ਤੋਹਫੇ ਲੈ ਤੇ ਜ਼ੈਨੁਲ ਆਬਿਦੀਨ ਦੀ ਬਾਰਗਾਹ ਦੇ ਅੰਦਰ ਪੇਸ਼ ਹੋਇਆ ਜ਼ੈਨੁਲ ਆਬਿਦੀਨ ਦੀ ਜ਼ਿੰਦਗੀ ਦਾ ਅਸੂਲ ਸੀ ਜਿਹੜਾ ਬੰਦਾ ਵੀ ਆਉਂਦਾ ਸੀ ਨਾ ਜਿਹੜਾ ਬੰਦਾ ਵੀ ਮੁਰੀਦ ਆਉਂਦਾ ਸੀ ਪੀਰ ਡਾਡੇ ਤਾਂ ਬੜੇ ਸਨ ਲੇਕਿਨ ਇਹਨੇ ਤਕੱਬਰ ਗਰੂਰ ਨਹੀਂ ਆ ਜ਼ੈਨੁਲ ਆਬਿਦੀਨ ਨੇ ਉੱਠਣਾ ਲੋਟਾ ਪਕੜਨਾ ਮੁਰੀਦ ਤੇ ਹੱਥ ਧਵਾਣੇ ਮੂੰਹ ਧਵਾਣਾ ਪੈਰ ਧਵਾਣੇ ਸਫ਼ਰ ਕਰਕੇ ਆਇਆ ਹੈ ਥੱਕਿਆ ਹੋਏਗਾ ਸਾਡਾ ਤਾਂ ਪੀਰ ਮੂੰਹ ਹੀ ਮੋੜ ਲੈਂਦੇ ਨਾ ਵੀ ਇਹ ਗਰੀਬ ਹੈ ਇਹਦੇ ਨਾਲ ਸਲਾਮ ਕਿਆ ਲੈਣਾ ਇਸ ਜ਼ਾਲਮ ਪੀਰ ਨੂੰ ਪੀਰ ਨਾ ਮੰਨੀ ਇਹ ਜ਼ਾਲਮ ਦੁਨੀਆਦਾਰੀ ਇਹ ਲਾਂਟੀ ਪੀਰ ਹੋ ਸਕਦਾ ਹੈ ਇਹ ਉਹਨਾਂ ਦੇ ਮੰਨਣ ਵਾਲਾ ਨਹੀਂ ਹੋ ਸਕਦਾ ਇਹ ਮਿੱਟੀ ਤੇ ਬਹਿ ਕੇ ਅਰਸ਼ਾਂ ਦੀਆਂ ਖਬਰਾਂ ਦਿੰਦੇ ਨੇ ਜੇ ਅਮੀਰ ਦਰਵਾਜ਼ੇ ਤੇ ਆਇਆ ਤੇ ਨਾ ਵੇਖਿਆ ਨਹੀਂ ਗਰੀਬ ਆਇਆ ਤੇ ਸੀਨੇ ਨਾਲ ਆਇਆ ਹੈ ਕਿਉਂਕਿ ਆਕਾ ਅਲੀ ਸਲਾਤੁ ਵਸਲਾਮ ਦੱਸ ਕੇ ਗਏ ਨੇ ਇਹ ਅਬੂ ਜਹਲ ਵਰਗੇ ਆਖਿਆ ਬਿਲਾਲ ਨੂੰ ਕੱਢ ਦੇ ਇਹਨਾਂ ਗਰੀਬਾਂ ਨੂੰ ਆ ਦੇ ਕੁਲੂ ਉਠਾ ਤਾਂ ਤੇਰੇ ਕੋਲ ਪਵਾਂਗੇ ਸਾਡੇ ਅਮੀਰਾਂ ਦੀ ਤੁਹੀਨ ਹੁੰਦੀ ਹੈ ਗਰੀਬਾਂ ਦੇ ਅੰਦਰ ਬਈਏ ਉਹ ਜ਼ਾਲਮਾ ਤੇਰੀ ਅਮੀਰੀ ਤੇ ਲਾਨਤ ਹੋਵੇ ਮੇਰੇ ਨਬੀ ਵਰਗਾ ਨਾ ਕੋਈ ਅਮੀਰ ਕਾਇਨਾਤ ਵਿੱਚ ਆਇਆ ਨਾ ਆ ਸਕਦਾ ਹੈ ਨਾ ਕੋਈ ਦੁਨੀਆ ਦੇ ਅੰਦਰ ਪੈਦਾ ਹੋ ਸਕਦਾ ਹੈ ਮੇਰੇ ਆਕਾ ਨੇ ਗਰੀਬਾਂ ਨੂੰ ਸੀਨੇ ਨਾਲ ਲਾਇਆ ਅੱਲਾ ਨੇ ਫਰਮਾਇਆ ਸੋਹਣਿਆ ਪਿਆਰ ਗਰੀਬਾਂ ਨਾਲ ਕਰੀ ਇਹ ਵਫਾ ਕਰਦੇ ਨਹੀਂ ਬੇਵਫਾਈ ਨਹੀਂ ਕਰਦੇ ਅਮੀਰਾਂ ਵਫਾ ਨਹੀਂ ਕੀਤੀ ਜਾਨ ਜਦੋਂ ਦੀ ਦਿੱਤੀ ਹੈ ਦੀਨ ਤੇ ਜਦੋਂ ਦੀ ਦਿੱਤੀ ਹੈ ਇਹਨਾਂ ਗਰੀਬਾਂ ਨੇ ਜਾਨਾਂ ਦੇ ਨਜ਼ਰਾਨੇ ਪੇਸ਼ ਕੀਤੇ ਨੇ ਅਮੀਰਾਂ ਨੇ ਨਹੀਂ ਤਾਰੀਖ ਦੀਆਂ ਕਿਤਾਬਾਂ ਉਠਾ ਕੇ ਵੇਖ ਜੇ ਇਲਮ ਦੀਨ ਨੇ ਆਪਣੀ ਜਾਨ ਦਾ ਨਜ਼ਰਾਨਾ ਪੇਸ਼ ਕੀਤਾ ਹੈ ਤੇ ਇੱਕ ਕੱਤੀਆਂ ਦਾ ਬਾਲ ਹੈ ਜੇ ਮੁਮਤਾਜ਼ ਕਾਦਰੀ ਨੇ ਜਾਨ ਦਾ ਨਜ਼ਰਾਨਾ ਪੇਸ਼ ਕੀਤਾ ਹੈ ਤੇ ਇੱਕ ਚੌਕੀ ਤਾਰਾ ਦਾ ਕੰਮ ਕਰਨ ਵਾਲੇ ਜੇ ਆਮਰ ਚੀਨ ਨੇ ਆਪਣੀ ਜਾਨ ਦਾ ਨਜ਼ਰਾਨਾ ਪੇਸ਼ ਕੀਤਾ ਹੈ ਤੇ ਮਿਸਤਰੀਆਂ ਨਾਲ ਦਿਹਾੜੀ ਕਰਨ ਵਾਲੇ ਓਏ ਸੋਹਣਿਆ ਇਹ ਕਰੀਬ ਤਬਕਾ ਇਹਨਾਂ ਦੇ ਦਿਲ ਵਿੱਚ ਇਸ਼ਕ-ਏ ਮੁਸਤਫਾ ਵੀ ਹੈ ਇਹ ਜਨੂਨ ਵੀ ਰੱਖਦੇ ਨੇ ਇਹ ਜਜ਼ਬਾ ਵੀ ਰੱਖਦੇ ਨੇ ਇਹ ਇਸ਼ਕ ਵੀ ਰੱਖਦੇ ਨੇ ਉਹ ਲਜਪਾਲਾ ਇਹ ਕਰੀਬ ਬੜੀ ਮੁਹੱਬਤ ਕਰਦੇ ਨੇ ਇਹ ਵੀ ਕਰੀਬ ਹੈ ਜ਼ੈਨੁਲ ਆਬਿਦੀਨ ਨਾਨੇ ਦੀ ਸੁਨਨਤ ਨੂੰ ਅਦਾ ਕਰਦੇ ਨੇ ਗਰੀਬਾਂ ਨਾਲ ਜਨਾਬ ਹੱਥ ਵੀ ਧੋਂਦੇ ਨੇ ਪਾਣੀ ਵੀ ਪਿਆਉਂਦੇ ਨੇ ਮੂੰਹ ਵੀ ਧੋਂਦੇ ਨੇ ਲੇਕਿਨ ਅਮੀਰ ਆ ਜਾਵੇ ਤੇ ਵੇਖ ਦੇਵੇ ਨਹੀਂ ਇਹ ਤਕੱਬਰ ਵਾਲਾ ਹੈ ਗਰੂਰ ਵਾਲਾ ਹੈ ਤੇ ਗਰੂਰ ਤੇ ਤਕੱਬਰ ਅੱਲਾ ਨੂੰ ਪਸੰਦ ਨਹੀਂ ਗਰੀਬ ਜਦੋਂ ਆਏ ਨੇ ਜ਼ੈਨੁਲ ਆਬਿਦੀਨ ਨੇ ਸੀਨੇ ਲਾ ਲਏ ਮੈਨੂੰ ਵੀ ਪਤਾ ਹੈ ਬਾਊ ਮੈਂ ਬਸ ਕਰ ਦੇਣਾ ਤੂੰ ਐਡਾ ਕਾਲਾ ਨਾ ਪੈ ਡਾਟਾ ਕੇ ਬੋਲ ਮੈਂ ਤੇਰੇ ਨਾਲ ਲੁਕਾ ਲਾ ਮੈਂ ਬੜਾ ਬੰਦ ਕਰਨਾ ਬੋਲੀ ਜ਼ਰਾ ਸੁਭਾਨ ਅੱਲਾ ਮੈਂ ਜ਼ੈਨੁਲ ਆਬਿਦੀਨ ਸਰਕਾਰ ਰਜ਼ੀ ਅੱਲਾਹ ਤਾਲਾ ਮੁਰੀਦ ਆਇਆ ਜ਼ੈਨੁਲ ਆਬਿਦੀਨ ਨੇ ਹੱਥ ਦਵਾਏ ਨਹੀਂ ਦਵਾਏ ਅੱਗੇ ਹੱਥ ਦਵਾਉਂਦੇ ਸਨ ਅੱਜ ਨਹੀਂ ਦਵਾਏ ਜ਼ੈਨੁਲ ਆਬਿਦੀਨ
ਮੁਰੀਦ ਹੈਰਾਨ ਹੋਇਆ ਅਜੀਬ ਗੱਲ ਹੈ ਬਾਬਾ ਜੀ ਇਮਾਮ ਜ਼ੈਨੁਲ ਆਬਦੀਨ ਦੀ ਬਾਰਗਾਹ ਦੇ ਅੰਦਰ ਵੀ ਅੱਗੇ ਮੈਂ ਆਉਂਦਾ ਸਾਂ ਤੁਸੀਂ ਮੇਰੀ ਹੱਥ ਵੀ ਧੁਆਉਂਦੇ ਹੋ ਮੂੰਹ ਵੀ ਧੁਆਉਂਦੇ ਸੋ ਪੈਰ ਵੀ ਧੁਆਉਂਦੇ ਸੋ ਪਾਣੀ ਵੀ ਪਿਲਾਉਂਦੇ ਸੀ ਅੱਜ ਕੁਝ ਵੀ ਨਹੀਂ ਕੀਤਾ ਅੱਜ ਕੁਝ ਨਹੀਂ ਕੀਤਾ ਪਰ ਮੈਂ ਅੱਜ ਬੇਲੀ ਮੈਂ ਨਹੀਂ ਹੱਥ ਧੁਆਣੇ ਅੱਜ ਤੂੰ ਹੱਥ ਦਵਾ ਤੇ ਫਿਰ ਹੱਥਾਂ ਦਾ ਕਮਾਲ ਵੇਖ ਇਹਨਾਂ ਹੱਥਾਂ ਦਾ ਕਮਾਲ ਵੇਖ ਫਰਮਾਇਆ ਲੋਟਾ ਚੁੱਕਿਆ ਮੁਰੀਦ ਨੇ ਜ਼ੈਨੁਲ ਆਬਦੀਨ ਦੀ ਬਾਰਗਾਹ ਦੇ ਅੰਦਰ ਆਇਆ ਫਰਮਾਇਆ ਇੰਜ ਮਿੱਟੀ ਦੇ ਹੱਥ ਨਹੀਂ ਧੋਣੇ ਥੱਲੇ ਬਾਲਟੀ ਰੱਖ ਥੱਲੇ ਬਾਲਟੀ ਰੱਖ ਖੁਦਾ ਦੀ ਕਸਮ ਸੀਰਤ ਦੀਆਂ ਕਿਤਾਬਾਂ ਜ਼ੈਨੁਲ ਆਬਦੀਨ ਦੀ ਕਿਤਾਬ ਪੜ੍ਹ ਕੇ ਵੇਖ ਹਜ਼ਰਤ ਸੈਯਦਨਾ ਜ਼ੈਨੁਲ ਆਬਦੀਨ ਸਰਕਾਰ ਰਜ਼ੀ ਅੱਲਾਹ ਖੁਦ ਤਾਲਾ ਨੂੰ ਇਹ ਜਿਹੜਾ ਮੁਰੀਦ ਜਿਹੜਾ ਹੱਥਾਂ ਤੇ ਪਾਣੀ ਪਾਉਂਦਾ ਏ ਸਾਡੇ ਹੱਥਾਂ ਤੇ ਪਾਣੀ ਪਵੇ ਤੇ ਮੈਲ ਡਿਗਰੀ ਪਾਣੀ ਮੈਲਾ ਗੱਡਾ ਪਾਣੀ ਜ਼ਮੀਨ ਤੇ ਡਿੱਗਦਾ ਏ ਲੇਕਿਨ ਇਮਾਮ ਦੇ ਹੱਥਾਂ ਤੋਂ ਸੱਜ ਕੇ ਜਾ ਕਿਧਰੇ ਹੀਰਾ ਪਿਆ ਡਿੱਗਦਾ ਕਿਧਰੇ ਜਵਾਹਰਾਤ ਡਿੱਗਦੇ ਨੇ ਇਧਰੋਂ ਕਿਧਰੇ ਹੀਰਾ ਡਿੱਗਦਾ ਕਿਧਰੇ ਜਵਾਹਰਾਤ ਇਹ ਕਰੀਬ ਪਾਣੀ ਪਾਉਂਦਾ ਜਾਂਦਾ ਹੈ ਹੱਥਾਂ ਦੀ ਮੈਲ ਡਿੱਗਦੀ ਹੈ ਹੀਰੇ ਜਵਾਹਰਾਤ ਬਾਲਟੀ ਭਰੀ ਗਈ ਜਦੋਂ ਬਾਲਟੀ ਭਰੀ ਰਹੀ ਹੈ ਜ਼ੈਨੁਲ ਆਬਦੀਨ ਨੇ ਫਰਮਾਇਆ ਸੋਹਣਿਆ ਜਾ ਘਰ ਲੈ ਜਾ ਆਪਣੀ ਬੀਵੀ ਨੂੰ ਕਹਿ ਸਾਡਾ ਪੀਰ ਏਡਾ ਗਰੀਬ ਨਹੀਂ ਉਹ ਮਾਲ ਦੇਵੇ ਜਾਂ ਹੀਰੇ ਦਿੰਦਾ ਏ ਜਾਂ ਜਵਾਹਰਾਤ ਜਾਂ ਹੀਰੇ ਦਿੰਦਾ ਜਾਂ ਜਵਾਹਰਾਤ ਦਿੰਦਾ ਹੈ ਫਰਮਾਇਆ ਇੰਜ ਹੀਰੇ ਜਵਾਹਰਾਤ ਲੈ ਕੇ ਬੰਦਾ ਆਪਣੇ ਘਰ ਬਲਕ ਸ਼ਹਿਰ ਦੇ ਅੰਦਰ ਜਾ ਕੇ ਪਹੁੰਚਿਆ ਬੀਬੀ ਨੂੰ ਪੇਸ਼ ਕੀਤਾ ਐਲਾ ਮੇਰੇ ਪੀਰ ਨੂੰ ਗੱਲ ਕੀਤੀ ਮੇਰੇ ਪੀਰ ਨੇ ਟੋਕਰਾ ਭਰ ਕੇ ਹੀਰਿਆਂ ਦਾ ਖਲਿਆ ਜਵਾਹਰਾਤਾਂ ਦਾ ਖਲਿਆ ਇਹਨੂੰ ਆਪਣੇ ਕੋਲ ਰੱਖ ਬੀਬੀ ਨੇ ਜਦੋਂ ਗੱਲ ਸੁਣ ਲਈ ਇਹ ਹੀਰੇ ਵੀ ਆ ਗਏ ਜਵਾਹਰਾਤ ਵੀ ਆ ਗਏ ਆਪਣੇ ਖਾਮਦ ਕੋਲੋਂ ਪੁੱਛਿਆ ਹੀਰੇ ਮੇਰੇ ਨੇ ਜਵਾਹਰਾਤ ਮੇਰੇ ਨੇ ਖਾਮਦ ਆਖਿਆ ਹਾਂ ਪੀਰ ਦਿੱਤੇ ਨੇ ਪੀਰ ਨੇ ਤੋਹਫਾ ਦਿੱਤਾ ਆਪਣੀ ਬੀਬੀ ਨੂੰ ਦੇਵੀ ਹੀਰੇ ਜਵਾਹਰਾਤ ਲੈ ਕੇ ਬੀਬੀ ਗਲੀਆਂ ਬਾਜ਼ਾਰਾਂ ਦੇ ਅੰਦਰ ਔਰਤ ਦੌੜ ਦੀ ਗੱਲਾਂ ਕਰਦੀ ਆਦੀਏ ਦੁਨੀਆ ਵਾਲਿਓ ਅੱਜ ਗਰੀਬਾਂ ਦੇ ਦਰਵਾਜ਼ੇ ਤੇ ਆਓ ਜਿਹੜੇ ਸਾਰੀ ਜ਼ਿੰਦਗੀ ਮੰਗਦੇ ਰਹਿੰਦੇ ਅੱਜ ਉਹ ਖੈਰਾਤ ਪੈ ਦਿੰਦੇ ਨੇ ਇਹਨਾਂ ਗਰੀਬਾਂ ਦੇ ਦਰਵਾਜ਼ੇ ਤੇ ਹੀਰੇ ਪੈ ਵੜੀਂਦੇ ਨੇ ਇਹ ਮਾਈ ਨੇ ਹੀਰੇ ਵੰਡੇ ਲੋਕਾਂ ਨੇ ਪੁੱਛਿਆ ਕਿੰਨੀ ਅਮੀਰੀ ਅਚਾਨਕ ਕਿਵੇਂ ਬੋਲ ਕੇ ਕਹਿੰਦੀ ਏ ਲਜਪਾਲੇ ਪਰੀਤਾ ਤੋੜਦੇ ਨਹੀਂ ਲਜਪਾਲੇ ਪਰੀਤਾ ਤੋੜਦੇ ਨਹੀਂ ਜੇ ਦੀਵਾ ਫੜਦੇ ਉਹਨੂੰ ਛੋੜਦੇ ਨਹੀਂ ਜੇ ਦੀਵਾ ਫੜਦੇ ਉਹਨੂੰ ਛੋੜਦੇ ਉਸ ਪੀਰ ਕੋਲ ਮੈਨੂੰ ਵੀ ਲੈ ਚੱਲ ਜਿਹਦੇ ਅੱਖਾਂ ਦੀ ਮੈਲ ਮੈਲ ਹੀਰੇ ਨੇ ਜਿਹਦੇ ਹੱਥਾਂ ਦੀ ਮੈਲ ਮੈਲ ਨਹੀਂ ਹੀਰੇ ਨੇ ਮੈਂ ਉਹ ਪੀਰ ਨੂੰ ਜਾ ਕੇ ਵੇਖਣਾ ਹੈ ਮੈਂ ਉਸ ਪੀਰ ਦੀ ਜ਼ਿਆਰਤ ਕਰਨੀ ਹੈ ਗੱਲ ਮੇਰੀ ਐਂਡ ਤੇ ਇੱਕ ਮਿੰਟ 'ਚ ਮੁਕੰਮਲ ਹੋ ਜਾਣੀ ਹੈ ਸੁਭਾਨ ਅੱਲਾਹ ਥੋੜ੍ਹੀ ਕਿਵੇਂ ਜਵਾਨ ਕਰੀ ਮਿੰਟ ਤੋਂ ਜ਼ਿਆਦਾ ਟਾਈਮ ਨਹੀਂ ਫਰਮਾਇਆ ਇਹ ਗੱਲ ਜਦੋਂ ਵੇਖਣਾ ਫਰਮਾਇਆ ਮੈਂ ਉਹਨੂੰ ਵੇਖਣਾ ਹੈ ਜਿਹਨੂੰ ਤੂੰ ਵੇਖਿਆ ਜਿੱਦਾਂ ਤੂੰ ਮੁਰੀਦ ਹੈ ਦੋਵੇਂ ਬਲਕ ਸ਼ਹਿਰ ਦੇ ਵਿੱਚੋਂ ਚੱਲੇ ਬਲਕ ਸ਼ਹਿਰ ਦੇ ਵਿੱਚੋਂ ਚੱਲੇ ਮਦੀਨੇ ਤੇ ਕਰੀਬ ਆਇਆ ਆ ਗਏ ਕਜ਼ਾ ਦਾ ਵੇਲਾ ਆਇਆ ਮੌਤ ਦਾ ਫਰਿਸ਼ਤਾ ਆਇਆ ਬੀਬੀ ਦੀ ਜਾਨ ਕਬਜ਼ ਕਰ ਲਈ ਬਗੈਰ ਜ਼ੈਨੁਲ ਆਬਦੀਨ ਨੂੰ ਵੇਖਣ ਤੋਂ ਔਰਤ ਦੁਨੀਆ ਤੋਂ ਚਲੀ ਗਈ ਜਦੋਂ ਨੌਕਰ ਪੇਸ਼ ਹੋਇਆ ਮੁਰੀਦ ਜ਼ੈਨੁਲ ਆਬਦੀਨ ਦੇ ਕੋਲ ਇਮਾਮੀ ਜ਼ੈਨੁਲ ਆਬਦੀਨ ਨੇ ਦੋ ਪਿਆਲੇ ਪਾਣੀ ਦੇ ਪੇਸ਼ ਕੀਤੇ ਅਰਜ਼ ਕੀਤੀ ਸੋਹਣਿਆ ਅੱਗੇ ਇੱਕ ਪਿਆਲਾ ਪੇਸ਼ ਕਰਦੇ ਸੀ ਅੱਜ ਦੋ ਕੀਤੇ ਨੇ ਫਰਮਾਇਆ ਇੱਕ ਤੇਰਾ ਏ ਇੱਕ ਉਹ ਤਾਂ ਏ ਜਿਹੜੀ ਮਰੀ ਹੋਈ ਪਿੱਛੇ ਛੱਡ ਕੇ ਆਇਆ ਹੈ ਇੱਕ ਉਹਦਾ ਹੈ ਜਿਹੜੀ ਮਰੀ ਹੋਈ ਪਿੱਛੇ ਛੱਡ ਕੇ ਆਇਆ ਹੈ ਇੱਕ ਤੇਰਾ ਹੈ ਫਰਮਾਇਆ ਚੱਲ ਜ਼ਰਾ ਉੱਥੇ ਚਲੀਏ ਹਜ਼ਰਤ ਇਮਾਮੇ ਜ਼ੈਨੁਲ ਆਬਦੀਨ ਚਲਦੇ ਚਲਦੇ ਉਸ ਬੀਬੀ ਕੋਲ ਗਏ ਨੇ ਮਾਲਕ ਦੀ ਬਾਰਗਾਹ ਚ ਅਰਜ਼ ਕੀਤੀ ਮੌਲਾ ਤੂੰ ਖਾਲੀ ਸਾਲੀ ਸਾਡੀ ਦੁਆ ਨੂੰ ਕਦੀ ਰੱਦ ਨਹੀਂ ਕੀਤਾ ਖਾਲੀ ਨਹੀਂ ਮੋੜਿਆ ਮੈਂ ਇੱਕ ਵਾਰੀ ਦੁਆ ਕਰਨਾ ਯਾ ਅੱਲਾ ਇਸ ਬੀਬੀ ਨੂੰ ਜ਼ਿੰਦਗੀ ਦੇ ਜਿਸਮ ਵਿੱਚੋਂ ਨਿਕਲਿਆ ਰੋ ਜ਼ਬਾਨ ਚ ਨਿਕਲੀਏ ਗੱਲ ਤੀਰ ਮਕਾਨ ਚ ਨਿਕਲਿਆ ਤੀਰ ਜਨਾਬੇ ਵਾਪਸ ਨਹੀਂ ਮੁੜਦੇ ਕਈ ਗੱਲਾਂ ਜਿਹਦੀਆਂ
ने रूह वापस किवें आवे। इजराइल अली सलातो वसलाम ने अल्लाह की बारगाह च अर्ज की, मालक ने फरमाया एक कानून अज बदल दे, जेड़ा भी कानून है भावे जिस्म च रूह आदी है कि नहीं, ये मर गया तेने वापस नहीं, ये हुसैन के पुत्र ने अहले बैत ने मेरे आका ने फरमाया अल्लाह भी मोहब्बत करता है अहले बैत नाल, मैं मोहम्मद भी मोहब्बत करना है अहले बैत नाल, जेड़ा बंदा एक दिन दिल दे नाल सच्चे दिल दे नाल अहले बैत नाल प्यार करेगा अल्लाह एक साल का सवाब अता फरमाएगा, एक साल दा अल्लाह सवाब अता फरमाएगा। इंज जैन लाबे दीन दी अल्लाह दी बारगाह दे अंदर हाथ चुके या अल्लाह रूह वापस कर, रूह जिस्म दे अंदर वापस आई है, ये जरा बे औरत उठी है कलमा पढ़दी उठी है, जदो चेहरा वेख्या जैन लाबे दीन दा दिल च ख्याल आया ए इत्थे जमीन ते नहीं, तू जमीन ते पिया बैठा है, मेरी रूह अरशा ते जैन लाबे दीन वेख के आई है, फरमाया खाली जमीन ते नहीं मेरी रूह ने अरशा ते ज़ैनुल आबिदीन वेख्या है, ये जमीन ते भी ने आसमाना ते भी ने, इन्हां दी रहायश जमीन ते भी आसमाना ते भी, ते फरमाया जदों औरत ने वेख्या है आखरी शेर ते गल मुकी, औरत ने ज़ैनुल आबिदीन वल वेख्या है ते इंज निगाह चुकी है ते फरमाया ए तर मेरा फरमाया ए तन मेरा ओ यारा चशी मां होवे ते मैं मुर्शद वे खना रजा एक खोला थे एक गजा करो जो बातें मैं जनाब के सामने गोश गुजार की थी ने अल्लाह अमल दी तौफीक अता फरमाए और मैं तो सब अल्लाह सुन सुना के अमल दी तौफीक अता फरमाए और अल्लाह रब्बुल आलमीन सच्चा अहले बैत सच्चा प्यारे आका अली सलात व सलाम दा जिंदगी इस्लाम अली अल्लाह मौत ईमान वाले नसीब फरमाए वाखिर दावाना अलहम्दुलिल्लाह रब्बिल आलमीन।